ਸਾਰਾ ਜੀ 15 ਅਗਸਤ ਦਾ ਬਹੁਤ ਮੁਬਾਰਕ ਦਿਨ ਆ ਕੀ ਕਹਿਣਾ ਚਾਹੋਗੇ ਜੀ ਇਸ ਮੌਕੇ ਤੇ ਬਿਲਕੁਲ ਟਿੰਗਰਾ ਜੀ ਪਹਿਲਾਂ ਤਾਂ ਤੁਹਾਡਾ ਵੈਲਕਮ ਜੀ ਆਇਆਂ ਨੂੰ ਤੁਸੀਂ ਸਮਾਂ ਕੱਢ ਕੇ ਆਏ ਹੋ ਇੱਥੇ ਅੱਜ ਵਾਕਈ ਬੜਾ ਮੁਬਾਰਕ ਦਿਨ ਆ ਕਿਉਂਕਿ ਅਸੀਂ ਆਪਣਾ ਜਿਹੜਾ 76 ਸਾਲ ਆਜ਼ਾਦੀ ਦੀ ਕੰਪਲੀਟ ਕਰਕੇ ਅੱਜ 77ਵੇਂ ਵਰ੍ਹੇ ਦੇ ਵਿੱਚ ਦਾਖਲ ਹੋਏ ਹਾਂ 77ਵਾਂ ਆਜ਼ਾਦੀ ਦਿਹਾੜਾ ਜਿਹੜਾ ਹੈ ਉਹ ਆਪਾਂ ਮਨਾ ਰਹੇ ਹਾਂ ਔਰ ਤੁਸੀਂ ਦੇਖਿਆ ਕਿੱਡੀ ਵਧੀਆ ਤਰੀਕੇ ਦੇ ਨਾਲ ਇੱਥੇ ਕੌਂਸਲ ਦੇ ਵਿੱਚ ਅਰੇਂਜਮੈਂਟ ਹੋਏ ਹੋਏ ਸੀਗੇ ਸਾਡੇ ਜਿਹੜੇ ਸਾਥੀ ਹੈ ਕਰਮਚਾਰੀ ਆ ਜਾਂ ਸਾਡੇ ਜਿਹੜੇ ਆਫਿਸਰ ਸਾਹਿਬਾਨ ਹੈਗੇ ਸਾਰਿਆਂ ਨੇ ਬੜੇ ਚੰਗੇ ਤਰੀਕੇ ਨਾਲ ਇੱਥੇ ਵੀ ਇੰਤਜ਼ਾਮ ਕੀਤੇ ਉਹਦੇ ਨਾਲ ਨਾਲ ਹੀ ਸਾਡਾ ਜਿਹੜਾ DAV ਕਾਲਜ ਦੇ ਵਿੱਚ ਹੈ ਉੱਥੇ ਵੀ ਕੌਂਸਲ ਵੱਲੋਂ ਹੀ ਇੰਤਜ਼ਾਮ ਜਿਹੜੇ ਆ ਉਹ ਕੀਤੇ ਜਾਂਦੇ ਆ ਅਤੇ ਆਪਾਂ ਗੱਲ ਆਜ਼ਾਦੀ ਦੀ ਕਰ ਰਹੇ ਸੀ ਜਿਹੜੀ ਅੱਜ ਆਬੋ ਹਵਾ ਖੁੱਲ੍ਹੀ ਦੇ ਵਿੱਚ ਆਪਾਂ ਜੋ ਹੈਗਾ ਜੀ ਰਹੇ ਹਾਂ ਅਤੇ ਇਹਦਾ ਆਨੰਦ ਮਾਣ ਰਹੇ ਹਾਂ ਇਹਦਾ ਜਿਹੜਾ ਸਾਰਾ ਸ਼੍ਰੇ ਆ ਇਹ ਮੇਰੇ ਜਿਹੜੇ ਸਾਡੇ ਬਜ਼ੁਰਗ ਆਜ਼ਾਦੀ ਘਲਾਟੀਏ ਤੁਸੀਂ ਅੱਜ ਦੇਖੋਗੇ ਸਾਡੇ ਇੱਥੇ ਕੌਂਸਲ ਦੇ ਵਿੱਚ ਵੀ ਅਸੀਂ ਕੁਛ ਪੁਰਾਣੇ ਆਜ਼ਾਦੀ ਘਲਾਟੀਏ ਪਰਿਵਾਰ ਜਿਹੜੇ ਹੈ ਉਹਨਾਂ ਨੂੰ ਸੱਦਿਆ ਇੱਥੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਇਹ ਉਹਨਾਂ ਕਰਕੇ ਹੀ ਹੈ ਜੀ ਉਹਨਾਂ ਹੀ ਸਾਡੇ ਜਿਹੜੇ ਆਜ਼ਾਦੀ ਘਲਾਟੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਦੇ ਕਰਕੇ ਹੀ ਅਸੀਂ ਜੋ ਹੈ ਅੱਜ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਜਿਹੜਾ ਹੈ ਉਹ ਲੈ ਰਹੇ ਹਾਂ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਬਹੁਤ ਛਤ ਨਮਨ ਕਰਦਾ ਉਹਨਾਂ ਸਾਰੇ ਹੀ ਆਜ਼ਾਦੀ ਘਲਾਟੀਆਂ ਨੂੰ ਜਿਨ੍ਹਾਂ ਨੇ ਆਪਣਾ ਜੋ ਹੈ ਜੀਵਨ ਦੇ ਕੇ ਸਾਨੂੰ ਜਿਹੜਾ ਹੈ ਮੁਲਕ ਆਜ਼ਾਦ ਕਰਵਾ ਕੇ ਦਿੱਤਾ ਔਰ ਅਸੀਂ ਆਜ਼ਾਦ ਮੁਲਕ ਦੇ ਵਿੱਚ ਅੱਜ ਸਾਹ ਲੈ ਰਹੇ ਹਾਂ ਔਰ 77ਵਾਂ ਜੋ ਆਜ਼ਾਦੀ ਦਿਹਾੜਾ ਜਿਹੜਾ ਹੈ ਉਹ ਆਪਾਂ ਮਨਾ ਰਹੇ ਹਾਂ ਮੇਰੇ ਵੱਲੋਂ ਸਾਰੇ ਹੀ ਮੇਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਔਰ ਸਾਰੇ ਮੇਰੇ NRI ਭੈਣਾਂ ਭਰਾਵਾਂ ਨੂੰ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤਸਵੀਰਾਂ ਤੁਹਾਨੂੰ ਨਗਰ ਕੌਂਸਲ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਨਕੋਦਰ ਦੇ ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਨੇ ਝੰਡਾ ਚੜ੍ਹਾਉਣ ਦੀ ਜਿਹੜੀ ਰਸਮ ਨੂੰ ਅਦਾ ਕੀਤਾ ਔਰ 76ਵਾਂ ਜਿਹੜਾ ਆਜ਼ਾਦੀ ਦਿਵਸ ਮਨਾਇਆ ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ ਏਕਤਾ ਲਹਿਰ ਨਿਊਜ਼ ਨਕੋਦਰ